ਦੇ ਦਿਓ ਆਪਣੇ ਮੁੰਡੇ ਮੈਂ ਜਹੇਦਾਰ ਫੌਜਾ ਸਿੰਘ ਧਨੌਰੀ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਸਾਡੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਕਿ ਸਾਡੇ ਜੋ ਗੁਰਮਰਿਆਦਾ ਅਨੁਸਾਰ ਅੰਮ੍ਰਿਤ ਛੱਕ ਕੇ ਅਸੀਂ ਕਕਾਰ ਪਹਿਨਦੇ ਹਾਂ, ਸ੍ਰੀ ਸਾਹਿਬ ਹੋ ਗਈ, ਕੜਾ ਸਾਹਿਬ ਹੋ ਗਿਆ, ਕੰਘਾ ਸਾਹਿਬ ਹੋ ਗਿਆ, ਪੰਜ ਕਕਾਰ ਹੁੰਦੇ ਹੈ। ਇਹ ਬਾਹਰਲੀਆਂ ਸਟੇਟਾਂ 'ਚ ਸਾਡੀ ਬੇਅਬਦੀ ਹੁੰਦੀ ਹੈ ਕਕਾਰਾਂ ਦੀ, ਅਤੇ ਅਸੀਂ ਤਾਂ ਖੰਡਨ ਵੀ ਕਰਦੇ ਹਾਂ। ਅਸੀਂ ਗਵਰਨਰ ਸਾਹਿਬ ਨੂੰ ਅੱਜ DC ਰਾਹੀਂ ਮੰਗ ਪੱਤਰ ਭੇਜਦੇ ਹਾਂ ਵੀ ਕਿਸੇ ਵੀ ਸਟੇਟ ਵਿੱਚ ਇਹ ਬੇਅਬਦੀ ਨਹੀਂ ਹੋਣੀ ਚਾਹੀਦੀ ਸਾਡੇ ਜਿਹੜੇ ਸਿੱਖੀ ਦੇ ਕਕਾਰ ਹੈ। ਇੱਕ ਸਾਡੇ ਬੀਬੀ ਪ੍ਰੋਫੈਸਰ ਰਹਿਤ ਕੌਲ ਦੇ ਵਿੱਚ ਡਿਊਟੀ ਕਰ ਰਹੀ ਆ, ਉਹ ਪੇਪਰ ਦੇਣ ਗਈ ਸੀਗੀ ਰਾਜਸਥਾਨ ਦੇ ਵਿੱਚ, ਉੱਥੇ ਉਹਦੇ ਕਕਾਰ ਤਰਵਾਏ ਗਏ, ਕੜਾ ਤਰਵਾਇਆ ਗਿਆ, ਉਹਦਾ ਪੇਪਰ ਵੀ ਨਹੀਂ ਸਹੀ ਹੋਇਆ। ਇਹ ਅਸੀਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ, ਬਾਹਰਲੀਆਂ ਸਟੇਟਾਂ 'ਚ ਹਦਾਇਤਾਂ ਹੋਣੀਆਂ ਚਾਹੀਦੀਆਂ, ਜਿਹੜਾ ਸਾਡਾ ਧਰਮ ਹੈ ਇਹਦਾ ਸਾਡਾ ਸਤਿਕਾਰ ਹੋਣਾ ਚਾਹੀਦਾ। ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ, ਬਾਕੀ ਕਿਤੇ ਵੀ ਬੇਅਬਦੀ ਹੁੰਦੀ ਆ ਉਹ ਸਟੇਟ ਦੀ ਸਰਕਾਰ ਜ਼ਿੰਮੇਦਾਰ ਹੋਵੇਗੀ। ਜੇ ਕਿਸੇ ਵੀ ਬੱਚੇ ਦੇ ਕਕਾਰ ਤਰਾਏ ਜਾਣਗੇ ਆਪਣੇ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ, ਅਸੀਂ ਪੂਰਜ਼ੋਰ ਮੰਗ ਕਰਦੇ ਹਾਂ। ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਮਾਨਯੋਗ DC ਸਾਹਿਬ ਨੂੰ ਇਹੀ ਬੇਨਤੀ ਕਰਨ ਆਏ ਹਾਂ, ਇਹੀ ਮੰਗ ਪੱਤਰ ਦੇਣ ਆਏ ਹਾਂ ਕਿ ਜਿਹੜੇ ਸਾਡੇ ਬੱਚੇ ਸਿੱਖੀ ਕਕਾਰ ਪਾ ਕੇ ਸਿੱਖੀ ਸਿਧਾਂਤਾਂ ਨਾਲ ਜਾ ਕੇ ਕਿਤੇ ਪੇਪਰ ਦੇਣ ਜਾਂਦੇ ਹਾਂ, ਕਿਤੇ ਕੋਈ ਇੰਟਰਵਿਊ ਦੇਣ ਜਾਂਦੇ ਹਾਂ, ਉੱਥੇ ਉਹਨਾਂ ਨੂੰ ਇਹੀ ਮਜਬੂਰ ਕੀਤਾ ਜਾਂਦਾ ਕਿ ਤੁਸੀਂ ਇੱਕ ਕਕਾਰ ਪਹਿਨ ਕੇ, ਕੜਾ ਪਹਿਨ ਕੇ, ਸ਼੍ਰੀ ਸਾਹਿਬ ਪਹਿਨ ਕੇ ਅੰਦਰ ਨਹੀਂ ਜਾ ਸਕਦੇ। ਹੁਣ ਇੱਕ ਪਾਸੇ ਤਾਂ ਅਸੀਂ ਸਾਰੇ ਇਹ ਕਹਿੰਦੇ ਹਾਂ ਕਿ ਨਸ਼ਿਆਂ ਤੋਂ ਬੱਚੇ ਬਾਹਰ ਆਉਣ, ਅਤੇ ਸਿੱਖੀ ਸਿਧਾਂਤ ਨਾਲ ਜੁੜ ਕੇ ਹੀ ਨਸ਼ਿਆਂ ਤੋਂ ਬਾਹਰ ਆਉਣਾ। ਦੂਜੇ ਪਾਸੇ ਸਾਡੀਆਂ ਦੂਸਰੀਆਂ ਸਟੇਟਾਂ ਜਾਂ ਸਾਡੀਆਂ ਆਪਣੀਆਂ ਸਟੇਟਾਂ ਦੇ ਵਿੱਚ ਕਈ ਜਗ੍ਹਾ ਕੁਤਾਹੀ ਹੁੰਦੀ ਹੈ, ਜਿੱਥੇ ਕਿ ਇਹਨਾਂ ਬੱਚਿਆਂ ਨੂੰ ਮਜਬੂਰ ਕਰਿਆ ਜਾਂਦਾ ਸਿੱਖੀ ਦੇ ਕਕਾਰ ਉਤਾਰਨ ਵਾਸਤੇ, ਅਤੇ ਉਸ ਦੇ ਉੱਤੇ ਇਹ ਅਕੇਲਾ ਸਿੱਖੀ ਕਕਾਰਾਂ ਦੀ ਬੇਅਬਦੀ 'ਤੇ ਜਿਹੜਾ ਅਸਰ ਪੈਂਦਾ ਉਹ ਤਾਂ ਬਹੁਤ ਹੀ ਮੱਧਭਾਗਾ, ਜਿਹੜਾ ਨਾਲ ਨਾਲ ਬੱਚੇ ਦੇ ਭਵਿੱਖ 'ਤੇ ਅਸਰ ਪੈਂਦਾ ਉਹ ਹੋਰ ਵੀ ਜ਼ਿਆਦਾ ਖਤਰਨਾਕ ਹੈ ਆਪਣੇ ਸਮਾਜ ਵਾਸਤੇ। ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਬੱਚਾ ਸਿੱਖੀ ਕਕਾਰ ਪਾ ਕੇ ਕਿਤੇ ਵੀ ਟੈਸਟ ਦੇਣ ਜਾਵੇ, ਕਿਤੇ ਇੰਟਰਵਿਊ ਲੈਣ ਜਾਵੇ, ਤਾਂ ਉਹਦੇ ਵਾਸਤੇ ਇਹ ਪਾਬੰਦੀ ਨਹੀਂ ਹੋਣੀ ਚਾਹੀਦੀ ਕਿ ਉਹ ਕਕਾਰ ਪਾ ਕੇ ਨਹੀਂ ਜਾ ਸਕਦਾ, ਕਿਉਂਕਿ ਜਿਹੜਾ ਸਿੱਖੀ ਸਿਧਾਂਤ ਆ ਉਹਦੇ ਮੁਤਾਬਕ ਜਿਹੜਾ ਬੱਚੇ ਨੇ ਅੰਮ੍ਰਿਤ ਛਕਿਆ, ਜਿਸ ਇਨਸਾਨ ਨੇ, ਜਿਸ ਬਜ਼ੁਰਗ ਨੇ ਅੰਮ੍ਰਿਤ ਛਕਿਆ, ਉਹ ਹਮੇਸ਼ਾ ਕਕਾਰ ਪਹਿਨ ਕੇ ਰੱਖੇਗਾ। ਇਹ ਗੁਰੂ ਸਾਹਿਬ ਦੀ ਸ਼ੁਰੂ ਤੋਂ ਹੀ ਸਾਨੂੰ ਇਹ ਜਿਹੜੀ ਗੁਰੂ ਸਾਹਿਬ ਦੀ ਹੈ ਸੁਚੇਤ ਕੀਤਾ ਗਿਆ, ਅਤੇ ਇਸ ਕਰਕੇ ਸਾਡੀ ਇਹੀ ਬੇਨਤੀ ਹੈ ਕਿ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਅਤੇ ਇਹ ਸਾਡੀ ਰਿਕੁਐਸਟ ਮੰਨੀ ਜਾਵੇ, ਸਾਡੀ ਬੇਨਤੀ ਮੰਨੀ ਜਾਵੇ ਕਿ ਸਾਡੇ ਧਰਮ ਦਾ ਦੀ ਬੇਅਬਦੀ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਹਰੇਕ ਧਰਮ ਨੂੰ ਆਪਣੇ ਆਪਣੇ ਧਰਮ ਨਿਭਾਉਣ ਦਾ ਹੱਕ ਹੈ, ਵੀ ਸਾਡੇ ਧਰਮ ਦਾ ਵੀ ਜ਼ਰੂਰ ਖਿਆਲ ਰੱਖਿਆ ਜਾਵੇ। ਆਹੀ ਸਾਡੀਆਂ ਸਰਕਾਰਾਂ ਨੂੰ ਬੇਨਤੀਆਂ, ਵੀ ਅਸੀਂ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਜ਼ਰੂਰ ਇਹਨਾਂ ਗੱਲਾਂ 'ਤੇ ਸਾਡੇ ਧਿਆਨ ਦਿੱਤਾ ਜਾਵੇ। ਪਹਿਲਾਂ ਵੀ ਬੇਅਬਦੀਆਂ ਹੋਈਆਂ ਸਾਡੇ ਕਕਾਰਾਂ ਦੀਆਂ, ਵੀ ਕਿਤੇ ਵੀ ਸਟੇਟ ਵਿੱਚ ਸਾਡੇ ਕਕਾਰਾਂ ਦੀ ਬੇਅਬਦੀ ਨਹੀਂ ਹੋਣੀ ਚਾਹੀਦੀ। ਹਰੇਕ ਧਰਮ ਬਰੋਬਰ ਹੈ ਜੀ, ਹਰੇਕ ਧਰਮ ਦਾ ਸਤਿਕਾਰ ਹੈ।